हमेशा आई है कि मैं पंजाब की जो शेरनी है तो पंजाब में मैं प्राउड कराना ही कराना है। बहुत ही देर तो इंतजार कर रही थी कि मैं वापस आवा चंडीगढ़ से अपने लोगों को मिला तो उन्होंने नाल मैं सक्सैस को सैलीब्रेट करा। क्राउन सिर्फ क्राउन नहीं है, बहुत ही बड़ी रिस्पॉन्सिबिलिटी है एंड आई होप कि मैं थोड़ा सारा प्राउड करवाऊंगी। तुसी अपने आप से उम्मीद रखोगे तो तुसी अपने सपने पूरे कर पाओगे, तो सपने नहीं थोड़े गोल्स होने चाहिए क्योंकि सपने तो कभी पूरे नहीं होंगे। मैं अपनी कंट्री नू रेप्रजेंट करना है, भावें मैं एक्टिंग करा, भावें बॉलीवुड टू हॉलीवुड टू, भावें मैं मॉडलिंग करा, भावें मैं ब्यूटी पैशन करा, मैं अपनी कंट्री नू रेप्रजेंट करना है। मेरी मूवी उपासना मैम दे नाल उपासना सिंह भारद्वाज मैम ने प्रोड्यूस की है, समीप कांग सर ने डायरेक्ट की है, देव करौट सर ने, कुगी सर ने एंड बहुत ही मस्त मूवी है। मैं थानू दस नहीं सकती, पहली यहोजी मूवी आ जिहड़ी एक्शन एंड कॉमेडी आ देव सर वास्ते एंड समीप सर वास्ते। चंडीगढ़ की एक होर खूबसूरत कुड़ी ने, मतलब कि खूबसूरती दे झंडे गाड़ दिते ने, मिस इंडिया जड़ी है वो चुनी गई है और मिस यूनिवर्स विच इंडिया का प्रतिनिधित्व करेगी। साढ़े ना हरनाज संधु जी है, पहले तो मैडम सोनू बहुत बहुत मुबारक। सत श्री अकाल सर, थैंक यू सो मच। ਤੁਹਾਡਾ ਫਸਟ ਰਿਐਕਸ਼ਨ ਕੀ ਹੈ ਚੰਡੀਗੜ੍ਹ ਪਹੁੰਚਣ ਤੇ? ਮੈਂ ਬਹੁਤ ਹੀ ਦੇਰ ਤੋਂ ਇੰਤਜ਼ਾਰ ਕਰ ਰਹੀ ਸੀ ਕਿ ਮੈਂ ਵਾਪਸ ਆਵਾਂ ਚੰਡੀਗੜ੍ਹ ਅਤੇ ਆਪਣੇ ਲੋਕਾਂ ਨੂੰ ਮਿਲਾਂ ਅਤੇ ਉਹਨਾਂ ਦੇ ਨਾਲ ਮੈਂ ਸਕਸੈਸ ਨੂੰ ਸੈਲੀਬ੍ਰੇਟ ਕਰਾਂ। ਅਤੇ ਜਦੋਂ ਮੈਂ ਸਭ ਤੋਂ ਪਹਿਲਾਂ ਦੇਖਿਆ ਸਾਰਿਆਂ ਨੂੰ ਇੰਨੇ ਖੁਸ਼, ਇੰਨੇ ਢੋਲ ਵੱਜੇ, ਤੁਸੀਂ ਜੇ ਵੀਡੀਓਜ਼ ਵੀ ਦੇਖੋਗੇ ਤਾਂ ਹਰ ਜਗ੍ਹਾ ਭੰਗੜਾ ਹੋ ਰਿਹਾ, ਪ੍ਰੋਪਰ ਓਥੈਂਟਿਕ ਸਟਾਈਲ ਨਾਲ ਪੰਜਾਬੀ ਵੈਲਕਮ ਹੋ ਰਿਹਾ। ਅਤੇ ਮੇਰੀ ਹਮੇਸ਼ਾ ਡ੍ਰੀਮ ਰਹੀ ਹੈ ਕਿ ਜਦੋਂ ਮੈਂ ਆਪਣੀ ਸਟੇਟ ਲਈ ਕੁਛ ਕਰਾਂ, ਮਤਲਬ ਮੈਨੂੰ ਹਮੇਸ਼ਾ ਆਪਣੀ ਰੂਟਸ ਨਾਲ ਬਹੁਤ ਹੀ ਪਿਆਰ ਆ। ਬੀਂਗ ਅ ਪੰਜਾਬੀ ਮੈਨੂੰ ਹਮੇਸ਼ਾ ਆਹੀ ਆ ਕਿ ਮੈਂ ਪੰਜਾਬ ਦੀ ਜੇ ਸ਼ੇਰਨੀ ਆ ਤਾਂ ਪੰਜਾਬ ਨੂੰ ਮੈਂ ਪ੍ਰਾਊਡ ਕਰਾਉਣਾ ਹੀ ਕਰਾਉਣਾ ਹੈ। ਪਰ ਹੁਣ ਸਿਰਫ ਉਹਦੇ ਵਾਸਤੇ ਨਹੀਂ ਹੈ, ਹੁਣ ਇਹ ਹੈ ਕਿ ਤੁਸੀਂ ਇੰਡੀਆ ਨੂੰ ਵੀ ਪ੍ਰਾਊਡ ਕਰਵਾਉਣਾ ਆ। ਅਤੇ ਕਰਾਊਨ ਸਿਰਫ ਕਰਾਊਨ ਨਹੀਂ ਹੈ, ਇਹ ਬਹੁਤ ਹੀ ਵੱਡੀ ਰਿਸਪੋਂਸੀਬਿਲਟੀ ਹੈ ਐਂਡ ਆਈ ਹੋਪ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰਾਊਡ ਕਰਵਾਉਂਗੀ ਐਂਡ ਚੰਡੀਗੜ੍ਹ ਵਾਪਸ ਆ ਕੇ ਮੈਨੂੰ ਬਹੁਤ ਹੀ ਖੁਸ਼ੀ ਹੋਈ, ਮੈਂ ਤੁਹਾਨੂੰ ਕਦੀ ਵੀ ਐਕਸਪਲੇਨ ਨਹੀਂ ਕਰ ਪਾਵਾਂਗੀ। ਸੋਨੂੰ ਉਮੀਦ ਸੀਗੀ ਜਾਂ ਤੁਹਾਡਾ ਡ੍ਰੀਮ ਸੀਗਾ ਵੀ ਹਾਂ ਯਾਰ ਮੈਂ ਮਿਸ ਇੰਡੀਆ ਬਣਾ, ਉਸ ਤੋਂ ਬਾਅਦ ਮਿਸ ਯੂਨੀਵਰਸ ਵਿੱਚ ਇੰਡੀਆ ਦਾ ਪ੍ਰਤੀਨਿਧਿਤਵ ਕਰਾਂ? ਬਹੁਤ ਵੱਡੀ ਗੱਲ ਹੋ ਗਈ, ਅਤੇ ਇਹ ਕੋਈ ਸੁਪਨੇ 'ਚ ਸੀਗਾ ਜਾਂ ਕਦੀ ਇਹ ਸੁਪਨਾ ਲਿੱਤਾ ਸੀ? ਸਰ ਜੇ ਤੁਸੀਂ ਆਪਣੇ ਆਪ 'ਚ ਉਮੀਦ ਰੱਖੋਗੇ ਤਾਂ ਤੁਸੀਂ ਆਪਣੇ ਸੁਪਨੇ ਪੂਰੇ ਕਰ ਪਾਓਗੇ, ਅਤੇ ਸੁਪਨੇ ਨਹੀਂ ਤੁਹਾਡੇ ਗੋਲਸ ਹੋਣੇ ਚਾਹੀਦੇ ਆ ਕਿਉਂਕਿ ਸੁਪਨੇ ਤਾਂ ਕਦੀ ਪੂਰੇ ਨਹੀਂ ਹੁੰਦੇ। ਤੁਸੀਂ ਆਪਣੇ ਸੁਪਨਿਆਂ ਨੂੰ ਆਪਣਾ ਗੋਲਸ ਬਣਾਉਣਾ ਹੈ ਐਂਡ ਤੁਹਾਨੂੰ ਯਕੀਨ ਹੋਣਾ ਚਾਹੀਦਾ ਕਿ ਮੈਂ ਕਰਕੇ ਦਿਖਾਊਂਗੀ, ਮੈਂ ਕਰੂੰਗੀ ਡਿੱਗੂੰਗੀ ਪਰ ਉੱਠ ਕੇ ਵਾਪਸ ਆਊਂਗੀ। ਐਂਡ ਆਈ ਥਿੰਕ ਜਦੋਂ ਮੈਂ ਫੈਮਿਨਾ 'ਚ ਨਹੀਂ ਬਣ ਪਾਈ ਤਾਂ ਮੈਂ ਡਿੱਗੀ ਪਰ ਵਾਪਸ ਉੱਠ ਕੇ ਆਈ, ਆਪਣੇ ਲਈ, ਕਿਸੇ ਹੋਰ ਲਈ ਨਹੀਂ। ਅਤੇ ਇੱਦਾਂ ਕੁਛ ਨਹੀਂ ਹੈ ਕਿ ਮੈਨੂੰ ਲੱਗਦਾ ਕਿ ਤੁਸੀਂ ਆਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ, ਬਸ ਆਪਣੇ ਆਪ 'ਚ ਆਪਣੀ ਉਮੀਦ ਨਾ ਟੁੱਟਣ ਦਿਓ। ਤੁਹਾਡੀ ਲਾਈਫ 'ਚ ਤੁਹਾਨੂੰ ਬਹੁਤ ਚੈਲੇਂਜਸ ਆਉਂਦੇ ਨੇ ਪਰ ਯਕੀਨ ਰੱਖੋ ਕਿ ਰੱਬ ਤੁਹਾਨੂੰ ਓਨੀ ਸਟਰੈਂਥ ਵੀ ਦਿੰਦਾ ਹੈ ਕਿ ਤੁਸੀਂ ਉਹ ਚੈਲੇਂਜਸ ਨੂੰ ਓਵਰਕਮ ਕਰ ਪਾਓ। ਆਪਣੇ ਆਪ ਨੂੰ ਕਦੀ ਡਾਊਟ ਨਾ ਕਰੋ, ਆਪਣੇ ਆਪ ਨੂੰ ਕਦੀ ਵੀ ਉਮੀਦ ਨਾਲ ਤੋੜੋ ਨਾ, ਬਸ ਲੜਦੇ ਰਹੋ ਅਤੇ ਤੁਹਾਨੂੰ ਉਹ ਚੀਜ਼ ਜ਼ਰੂਰ ਮਿਲੇਗੀ ਜੇ ਤੁਹਾਡੀ ਨੀਤ ਸੱਚੀ ਆ। ਮਿਸ ਇੰਡੀਆ ਰਹਿਣ ਤੋਂ ਬਾਅਦ ਨਾ ਜ਼ਿਆਦਾਤਰ ਫਿਲਮ ਲਾਈਨ 'ਚ ਆਉਂਦੇ ਆ, ਤੁਸੀਂ ਉਹ ਜਿਹੜੀ ਆਲਰੇਡੀ ਪਹਿਲੇ ਫਿਲਮ ਲਾਈਨ 'ਚੋਂ ਬਾਅਦ 'ਚੋਂ ਤੁਸੀਂ ਬਿਊਟੀ ਕੁਈਨ, ਕੀ ਹੁਣ ਇਹ ਮਤਲਬ ਜਿਹੜਾ ਚੇਂਜ ਤੁਸੀਂ ਲਿਆਂਦਾ ਸਿਸਟਮ ਵਿੱਚ, ਅਤੇ ਇਸ ਦੇ ਪਿੱਛੇ ਕੀ ਰੀਜ਼ਨ ਮੰਨਦੇ ਹੋ, ਤੁਹਾਡੀ ਸਕਸੈਸ ਦਾ ਕੀ ਰੀਜ਼ਨ ਮੰਨਦੇ ਹੋ? ਵੈਲ ਮੇਰੀ ਉਹੀ ਗੱਲ, ਮੇਰੀ ਹਮੇਸ਼ਾ ਪੈਸ਼ਨ ਰਿਹਾ, ਮੇਰਾ ਪਰਪਸ ਰਿਹਾ ਹੈ ਕਿ ਮੈਂ ਆਪਣੀ ਕੰਟਰੀ ਨੂੰ ਰੈਪ੍ਰਜੈਂਟ ਕਰਨਾ ਹੈ, ਭਾਵੇਂ ਮੈਂ ਐਕਟਿੰਗ 'ਚ ਕਰਾਂ, ਭਾਵੇਂ ਬਾਲੀਵੁੱਡ ਟੂ ਹੋਲੀਵੁੱਡ ਤੋਂ, ਭਾਵੇਂ ਮੈਂ ਮਾਡਲਿੰਗ ਕਰਾਂ, ਭਾਵੇਂ ਮੈਂ ਬਿਊਟੀ ਪੈਸ਼ਨ ਕਰਾਂ, ਮੈਂ ਆਪਣੀ ਕੰਟਰੀ ਨੂੰ ਰੈਪ੍ਰਜੈਂਟ ਕਰਨਾ ਹੈ ਕਿਉਂਕਿ ਪੰਜਾਬ ਨੂੰ ਮੈਂ ਅਲਟੀਮੇਟਲੀ ਰੈਪ੍ਰਜੈਂਟ ਕਰੂੰਗੀ ਹੀ ਕਰੂੰਗੀ ਜਦੋਂ ਮੈਂ ਇੰਟਰਨੈਸ਼ਨਲੀ ਆਪਣੀ ਕੰਟਰੀ ਨੂੰ ਰੈਪ੍ਰਜੈਂਟ ਕਰ ਰਹੀ ਹਾਂ। ਪਰ ਮੈਂ ਸਟਾਰਟ ਕਰਨਾ ਚਾਹੁੰਦੀ ਸੀ ਇੱਕ ਵਾਰੀ ਫਿਰ ਤੋਂ ਕੀ ਪਤਾ ਕਿ ਇਸ ਵਾਰੀ ਮੇਰੀ ਮਿਹਨਤ ਦਾ ਫਲ ਮੈਨੂੰ ਮਿਲ ਜਾਵੇ, ਅਤੇ ਬਸ ਮੈਂ ਇੱਕ ਵਾਰੀ ਫਿਰ ਟਰਾਈ ਕੀਤਾ ਕਿ ਹਰਨਾਜ਼ ਇਸ ਵਾਰੀ ਦੇਖ ਕੀ ਹੁੰਦਾ ਆ ਐਂਡ ਹੋਪਫੁਲੀ ਵਾਹਿਗੁਰੂ ਜੀ ਨੇ ਮੇਰੀ ਮਿਹਨਤ ਦਾ ਮੈਨੂੰ ਰੰਗ ਦੇ ਦਿੱਤੇ ਅਤੇ ਤੁਸੀਂ ਸਾਰੇ ਤੋਂ ਤੁਹਾਡੇ ਸਾਰਿਆਂ ਦੀ ਦੁਆਵਾਂ ਵੀ ਲੱਗੀਆਂ ਐਂਡ ਮੈਨੂੰ ਮੌਕਾ ਮਿਲਿਆ ਕਿ ਮੈਂ ਕੰਟਰੀ ਨੂੰ ਰੈਪ੍ਰਜੈਂਟ ਕਰਾਂ ਇੰਟਰਨੈਸ਼ਨਲੀ। ਬਟ ਇਸ ਤੋਂ ਬਾਅਦ ਮੇਰਾ ਆਹ ਫੋਕਸ ਹੈ ਕਿ ਮੈਂ ਆਪਣੀ ਕੰਟਰੀ ਨੂੰ ਐਕਟਿੰਗ 'ਤੇ ਵੀ ਰੈਪ੍ਰਜੈਂਟ ਕਰਾਂ, ਜਿੱਦਾਂ ਪ੍ਰਿਯੰਕਾ ਚੋਪੜਾ ਐਂਡ ਬਹੁਤ ਐਕਟਰਸ ਨੇ ਕੀਤਾ ਆ ਅਤੇ ਦਿਲਜੀਤ ਦੋਸਾਂਝ ਨੇ ਕੀਤਾ ਆ, ਸੋ ਉਸ ਵੇਲੇ ਮੈਂ ਵੀ ਦੇਖਦੀ ਹਾਂ ਕਿ ਵਾਹਿਗੁਰੂ ਜੀ ਮੇਰੀ ਮਿਹਨਤ ਦਾ ਫਲ ਮੈਨੂੰ ਦੇਣ ਅਤੇ ਮੈਂ ਉੱਦਾਂ ਵੀ ਆਪਣੀ ਕੰਟਰੀ ਨੂੰ ਐਕਟਿੰਗ ਦੇ ਬੇਸਿਸ 'ਤੇ ਵੀ ਰੈਪ੍ਰਜੈਂਟ ਕਰਾਂ। ਮੈਨੂੰ ਇਹ ਪਤਾ ਲੱਗਿਆ ਵੀ ਤੁਹਾਡੀ ਕੋਈ ਮੂਵੀ ਵੀ ਆ ਰਹੀ ਹੈ ਜਲਦੀ, ਉਸ ਦੇ ਬਾਰੇ ਥੋੜ੍ਹਾ ਜਿਹਾ ਦੱਸੋ। ਬਿਲਕੁਲ, ਸੋ ਮੇਰੀ ਮੂਵੀ ਉਪਾਸਨਾ ਮੈਮ ਦੇ ਨਾਲ ਉਪਾਸਨਾ ਸਿੰਘ ਭਾਰਦਵਾਜ ਮੈਮ ਨੇ ਪ੍ਰੋਡਿਊਸ ਕੀਤੀ ਹੈ, ਸਮੀਪ ਕਾਂਗ ਸਰ ਨੇ ਡਾਇਰੈਕਟ ਕੀਤੀ ਹੈ, ਦੇਵ ਕਰੌਟ ਸਰ ਨੇ, ਕੁੱਗੀ ਸਰ ਨੇ ਐਂਡ
ਬਹੁਤ ਹੀ ਮਸਤ ਮੂਵੀ ਆ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਪਹਿਲੀ ਇਹੋ ਜਿਹੀ ਮੂਵੀ ਆ ਜਿਹੜੀ ਐਕਸ਼ਨ ਐਂਡ ਕਾਮੇਡੀ ਆ ਦੇਵ ਸਰ ਵਾਸਤੇ ਐਂਡ ਸਮੀਪ ਸਰ ਵਾਸਤੇ। ਐਂਡ ਇਹ ਮੂਵੀ ਦਾ ਨਾਮ ਪਤਾ ਕੀ ਆ? ਬਾਈ ਜੀ ਕੁੱਟਣਗੇ। ਤਾਂ ਮੈਂ ਤੁਹਾਨੂੰ ਸਾਰਿਆਂ ਨਾਲ ਇਹ ਕਹਿਣਾ ਚਾਹੁੰਦੀ ਹਾਂ, ਜੇ ਤੁਸੀਂ ਮੂਵੀ ਨਾ ਦੇਖੋਗੇ ਤਾਂ ਤੁਹਾਨੂੰ ਬਾਈ ਜੀ ਜ਼ਰੂਰ ਕੁੱਟਣਗੇ। ਐਂਡ ਇਹ ਆ ਰਹੀ ਹੈ ਸਿਨੇਮਾ 'ਚ 27 May 2022 ਨੂੰ। ਜ਼ਰੂਰ ਦੇਖਿਓ, ਨਹੀਂ ਤਾਂ ਬਾਈ ਜੀ ਕੁੱਟਣਗੇ। ਫਿਟਨੈਸ ਦਾ ਕੀ ਰਾਜ ਆ? ਫਿਟਨੈਸ ਤਾਂ ਮੈਂ ਪੂਰਾ ਖਾਂਦੀ ਹਾਂ, ਰੱਜ ਕੇ ਮੈਂ ਝੂਠ ਨਹੀਂ ਬੋਲੂੰਗੀ। ਪੰਜਾਬੀ ਹੋ ਕੇ ਡਾਈਟਿੰਗ ਕਰਨੀ ਬਹੁਤ ਔਖੀ ਆ, ਪਰ ਮੈਂ ਘੀ ਮੱਖਣ ਰੋਜ਼ ਖਾਂਦੀ ਹਾਂ। ਖਾਸ ਕਰ ਮੈਂ ਸਪੈਸ਼ਲੀ ਯੂਥ ਨੂੰ ਕਹਿਣਾ ਚਾਹੂੰਗੀ ਕਿ ਤੁਸੀਂ ਤੁਹਾਨੂੰ ਘੀ ਮੱਖਣ ਖਾਣ ਦੇ ਬਾਵਜੂਦ ਬਿਲਕੁਲ ਖਾਂਦੀ ਹਾਂ, ਬਿਲਕੁਲ ਉਹੀ ਤਾਂ ਹੀ ਜੇ ਤੁਹਾਨੂੰ ਲੱਗ ਰਿਹਾ ਕਿ ਮੇਰੀ ਸਕਿਨ ਗਲੋ ਕਰ ਰਹੀ ਉਹ ਤਾਂ ਹੀ ਆ। ਐਂਡ ਮੈਂ ਪਾਣੀ ਬਹੁਤ ਪੀਂਦੀ ਹਾਂ। ਅਤੇ ਕਦੀ ਵੀ ਆਪਣੇ ਆਪ ਨੂੰ ਭੁੱਖਾ ਨਾ ਰੱਖੋ, ਕਦੀ ਵੀ ਆਪਣੇ ਆਪ ਨੂੰ ਸਟਾਰਵ ਨਾ ਕਰੋ, ਆਪਣੀ ਲਾਈਫ 'ਤੇ ਹਾਰ ਨਾ ਕਰੋ। ਤੁਹਾਨੂੰ ਇੱਕ ਜ਼ਿੰਦਗੀ ਮਿਲੀ ਹੈ, ਤੁਸੀਂ ਖੁਸ਼ਨਸੀਬ ਮਹਿਸੂਸ ਕਰਨਾ ਚਾਹੋਗੇ ਕਿ ਤੁਹਾਨੂੰ ਰੱਬ ਨੇ ਸਭ ਕੁਛ ਦਿੱਤਾ ਆ, ਤੁਹਾਨੂੰ ਪ੍ਰੋਪਰ ਬੋਡੀ ਦਿੱਤੀ ਆ। ਐਂਡ ਤੁਹਾਡੇ ਸਭ ਤੁਹਾਨੂੰ ਯੂ ਸ਼ੁੱਡ ਬੀ ਵੈਰੀ ਥੈਂਕਫੁਲ ਕਿ ਤੁਹਾਨੂੰ ਪ੍ਰੋਪਰ ਬੋਡੀ ਮਿਲੀ ਆ। ਐਂਡ ਤੁਸੀਂ ਉਹਨੂੰ ਕਿਉਂ ਨਾਸ ਕਰਨਾ ਚਾਹੁੰਦੇ ਹੋ? ਕਿਉਂਕਿ ਤੁਸੀਂ ਸਲਿਮ ਰਹਿਣਾ ਚਾਹੁੰਦੇ ਹੋ ਜਾਂ ਤੁਸੀਂ ਮਤਲਬ ਇੱਕ ਸਟੀਰੀਓਟਾਈਪ ਮਾਈਂਡ 'ਚ ਸੋਸਾਇਟੀ 'ਤੇ ਆਉਣਾ ਚਾਹੁੰਦੇ ਹੋ? ਟਰੱਸਟ ਮੀ, ਇਟਸ ਨੋਟ ਅਬਾਊਟ ਬੀਂਗ ਸਲਿਮ, ਇਟਸ ਅਬਾਊਟ ਬੀਂਗ ਫਿੱਟ। ਤੁਸੀਂ ਫਿੱਟ ਰਹੋ, ਐਂਡ ਉਹ ਬਹੁਤ ਜ਼ਰੂਰੀ। ਤੁਸੀਂ ਇੰਟਰਨਲੀ ਫਿੱਟ ਹੋਵੋਗੇ, ਤੁਹਾਡੇ ਫੇਸ 'ਤੇ ਦਿਖੂਗਾ, ਤੁਹਾਡੀ ਸਕਿਨ 'ਚ ਦਿਖੂਗਾ। ਖਾਓ, ਰੱਜ ਕੇ ਖਾਓ, ਵਰਕਆਊਟ ਕਰ ਲਓ, ਬਟ ਖਾਓ ਰੱਜ ਕੇ। ਪਲੀਜ਼ ਆਪਣੇ ਆਪ ਨਾਲ ਕੋਈ ਵੀ ਇੱਦਾਂ ਦਾ ਬਿਹੇਵੀਅਰ ਨਾ ਰੱਖਿਓ ਪਲੀਜ਼। ਹਰਨਾਮ ਸਿੰਧੂ ਵੈਜੀਟੇਰੀਅਨ ਹੈ, ਨੋਨ ਵੈਜੀਟੇਰੀਅਨ ਹੈ? ਵੈਲ, ਮੈਂ ਪਹਿਲਾਂ ਚਿਕਨ ਖਾਂਦੀ ਸੀਗੀ, ਐਂਡ ਮੈਨੂੰ ਬਹੁਤ ਪਸੰਦ ਸੀਗਾ ਚਿਕਨ, ਬਟ ਇੱਕ ਪਤਾ ਨਹੀਂ ਕੀ ਹੋਇਆ, ਮੇਰੇ ਮਨ 'ਚ ਇੱਕਦਮ ਆਇਆ ਕਿ ਮੈਂ ਚਿਕਨ ਨਹੀਂ ਖਾਣਾ। ਮੈਨੂੰ 3 ਮਹੀਨੇ ਹੋ ਗਏ ਮੈਂ ਚਿਕਨ ਨਹੀਂ ਖਾਂਦੀ ਹਾਂ। ਮੇਰੀ ਫੈਮਿਲੀ 'ਚ ਸਭ ਖਾਂਦੇ ਨੇ, ਪਰ ਹੁਣ ਮੇਰੇ ਪਾਪਾ ਵੀ ਛੱਡ ਰਹੇ ਨੇ ਚਿਕਨ ਖਾਣਾ। ਸੋ ਆਈ ਥਿੰਕ ਇਹ ਬਸ ਹੁੰਦਾ ਨਾ, ਕਦੀ ਤੁਹਾਨੂੰ ਨਹੀਂ ਪਤਾ ਕਿ ਮੇਰੇ ਮਨ 'ਚ ਆਇਆ ਕਿ ਨਹੀਂ ਮੈਂ ਚਿਕਨ ਨਹੀਂ ਖਾਣਾ। ਹੁਣ ਕੋਈ ਵੀ ਮੀਟ ਨਹੀਂ ਖਾਂਦੀ, ਐਂਡ ਮੇਰੇ ਅੰਦਰ ਉਹ ਹੈ ਵੀ ਨਹੀਂ ਕਿ ਮੈਂ ਖਾਣਾ ਹੈ, ਮੇਰੇ ਸਾਹਮਣੇ ਕੋਈ ਖਾ ਰਿਹਾ ਚਿਕਨ। ਸੋ ਆਈ ਹੈਵ ਟਰਨਡ ਇਨ ਟੂ ਵੈਜੀਟੇਰੀਅਨ, ਐਂਡ ਆਈ ਫੀਲ ਸੋ ਪੋਜ਼ਿਟਿਵ, ਟਰੱਸਟ ਮੀ। ਮੈਨੂੰ ਬਹੁਤ ਹੀ ਰਿਲੈਕਸ, ਬਹੁਤ ਲਾਈਟ ਫੀਲ ਹੁੰਦਾ ਲਾਈਫ ਬਾਰੇ ਹੁਣ। ਮੇਰਾ ਲਾਸਟ ਕੁਐਸਚਨ, ਜਿਹੜੇ ਨਵੀਆਂ ਕੁੜੀਆਂ ਫੈਸ਼ਨ ਦੇ ਫੀਲਡ 'ਚ ਆਉਣਾ ਚਾਹੁੰਦੀਆਂ, ਬਿਊਟੀ ਦੇ ਫੀਲਡ 'ਚ ਆਉਣਾ ਚਾਹੁੰਦੀਆਂ, ਉਹਨਾਂ ਲਈ ਕੋਈ ਮੈਸੇਜ? ਉਹਨਾਂ ਲਈ ਆਹੀ ਮੈਸੇਜ ਕਿ ਤੁਸੀਂ ਆਪਣੇ ਆਪ 'ਤੇ ਯਕੀਨ ਰੱਖੋ, ਬਸ ਮਿਹਨਤ ਕਰਦੇ ਰਹੋ, ਫਲ ਦੀ ਚਿੰਤਾ ਨਾ ਕਰੋ। ਕਿਉਂਕਿ ਜੇ ਤੁਹਾਡੀ ਮਿਹਨਤ ਸਾਫ਼ ਹੈ, ਤੁਹਾਡੀ ਨੀਤ ਸਾਫ਼ ਹੈ, ਤੁਹਾਨੂੰ ਮਿਲੂਗਾ ਜ਼ਰੂਰ। ਟਾਈਮ ਲੱਗੂਗਾ, ਪਰ ਤੁਹਾਨੂੰ ਮਿਲੂਗਾ ਜ਼ਰੂਰ। ਬਸ ਆਪਣੇ ਆਪ 'ਤੇ ਯਕੀਨ ਰੱਖੋ, ਉਮੀਦ ਨਾ ਤੋੜੋ। ਅਤੇ ਜੇ ਤੁਹਾਨੂੰ ਕਦੀ ਲੱਗੇ ਕਿ ਆਹ ਕੀ ਹੋ ਰਿਹਾ ਉਹ ਕੀ ਹੋ ਰਿਹਾ, ਆਪਣੀ ਫੈਮਿਲੀ ਨਾਲ ਹਮੇਸ਼ਾ ਕਨੈਕਟਡ ਰਹੋ। ਟਰੱਸਟ ਵੀ ਤੁਹਾਡੀ ਫੈਮਿਲੀ ਤੁਹਾਡੇ ਬਾਰੇ ਸਭ ਤੋਂ ਵਧੀਆ ਡਿਸੀਜਨਸ ਦੇ ਸਕਦੀ ਹੈ, ਤੁਹਾਨੂੰ ਦੱਸ ਸਕਦੀ ਹੈ ਕਿ ਕੀ ਗਲਤ ਹੈ ਕੀ ਸਹੀ। ਆਪਣੀ ਫੈਮਿਲੀ ਨਾਲ ਹਮੇਸ਼ਾ ਕਨੈਕਟਡ ਰਹੋ, ਐਂਡ ਬਸ ਆਪਣੇ ਆਪ 'ਤੇ ਯਕੀਨ ਰੱਖੋ, ਹਿੰਮਤ ਰੱਖੋ ਯਾਰ, ਤੁਸੀਂ ਇੰਨੇ ਸਟਰੋਂਗ ਹੋ, ਹਿੰਮਤ ਰੱਖੋ, ਟੁੱਟਣ ਨਹੀਂ ਦੇਣਾ ਕਿਸੇ ਨੂੰ। ਥੈਂਕ ਯੂ। ਇਹ ਸੀਗੇ ਹਰਨਾਮ ਸਿੰਧੂ ਜੀ, ਜਿਹੜੀ ਕਿ ਮਿਸ ਇੰਡੀਆ ਜਿਹੜੀ ਹੈ ਚੁਣੀ ਗਈ ਆ, ਹੋਰ ਹੁਣ ਇਹ ਮਿਸ ਯੂਨੀਵਰਸ ਵਿੱਚ ਇੰਡੀਆ ਨੂੰ ਰੀਪ੍ਰਜੈਂਟ ਕਰਨਗੇ। ਅਤੇ ਇਹ ਚੰਡੀਗੜ੍ਹ ਦੇ ਪੜ੍ਹੇ ਲਿਖੇ ਆ, ਮੈਂ ਚੰਡੀਗੜ੍ਹ ਜਿਹੜਾ ਸ਼ਿਵਾਲਿਕ ਸਕੂਲ ਆ ਉਸ 'ਚ ਸਕੂਲਿੰਗ ਕੀਤੀ ਆ, ਅਤੇ ਚੰਡੀਗੜ੍ਹ ਦੇ ਜਿਹੜਾ ਗੌਰਮੈਂਟ ਕਾਲਜ ਆ ਉੱਥੋਂ ਇਹਨਾਂ ਨੇ ਗ੍ਰੈਜੂਏਸ਼ਨ ਕੀਤੀ ਆ। ਉਸ ਤੋਂ ਬਾਅਦ ਇਹ ਫੈਸ਼ਨ ਦੇ ਫੀਲਡ 'ਚ ਆਏ ਆ, ਔਰ ਆਲਰੇਡੀ ਮਤਲਬ ਫਿਲਮਾਂ ਦੇ ਏਰੀਆ ਖੇਤਰ ਵਿੱਚ ਵੀ ਆ, ਔਰ ਉਹ ਇਹਨਾਂ ਦਾ ਜਿਹੜਾ ਸੁਪਨਾ ਹੈਗਾ ਹਿੰਦੀ ਮੈਂ ਬੋਲੀਵੁੱਡ 'ਚ ਜਾਣ ਦਾ ਇਹਨਾਂ ਦਾ ਸੁਪਨਾ ਹੈਗਾ। ਹੁਣ ਦੇਖਣਾ ਇਹ ਹੈ ਵੀ ਮਿਸ ਯੂਨੀਵਰਸਲ ਦਾ ਤਾਜ ਕਿਹਨੂੰ ਮਿਲਦਾ, ਇਹ ਆਉਣ ਵਾਲਾ ਸਮੇਂ ਦੱਸੇਗਾ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਯਾਦ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ, ਚੰਡੀਗੜ੍ਹ ਤੋਂ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ, ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕਿਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ, ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, A to Z ਸਮੱਸਿਆਵਾਂ ਦਾ ਫੋਨ 'ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਰੰਟੀ, ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚਨਪਨ, ਜਾਂ ਦੁਟੋਣਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ, 98 199 37 467। ਮੰਜ਼ਿਲ ਉਨ੍ਹੀਂ ਕੋ ਮਿਲਤੀ ਹੈ ਜਿਨਕੇ ਸਪਨੋ ਮੇਂ ਜਾਨ ਹੋਤੀ ਹੈ, ਖਾਲੀ ਪੰਖੋਂ ਸੇ ਕੁਛ ਨਹੀਂ ਹੋਤਾ, ਹੌਸਲੋਂ ਸੇ ਪਰਵਾਨ ਹੋਤਾ ਹੈ। ਡਾਕਟਰ ਅੰਬੇਦਕਰ ਮਿਊਜ਼ੀਅਮ ਆਉਣ ਵਾਲੀਆਂ ਪੀੜ੍ਹੀਆਂ ਲਈ ਬਣੇਗਾ ਚਾਨਣ ਮੁਨਾਰਾ।
अंबेडकर साहब का म्यूजियम इतने तैयार कर रहे ताकि मेरे पंजाब दे, देश के दे, दुनिया के लोग आके देखण ते उस तो सीखण क्या क्या उन्होंने गुण सी उन्होंने ग्रहण कर जिन्होंने हक सच ते पहरा दिता वह देश की नींव मजबूत बनाते ने किस तरह एकता अते अखंडता देश दी नूं कायम रखना है किस तरह असी अपने देश दे झंडे नूं बुलंद करना है पंजाब दे मुख्यमंत्री चरणजीत सिंह चन्नी दी सोच समाजिक सरोकारां नूं समर्पित है पंजाब दी सरकार लोकां दी सरकार